ਹਰ ਮਾਪਿਆਂ ਦੀ ਖਾਹਿਸ਼ ਹੁੰਦੀ ਹੈ ਕਿ ਜਦੋਂ ਉਹਨਾਂ ਦੀ ਉਮਰ ਹੋ ਜਾਏ ਤੇ ਉਹਨਾਂ ਦੇ ਬਜ਼ੁਰਗ ਹੋਣ ਤੇ ਉਹਨਾਂ ਦੇ ਬੱਚੇ ਉਹਨਾਂ ਦਾ ਸਹਾਰਾ ਬਣਨ ਅਤੇ ਉਹਨਾਂ ਦੀ ਸੇਵਾ ਕਰਨ। ਪਰ ਇੱਕ ਅਜਿਹੀ ਮਾਂ ਹੈ ਜਿਹੜੀ ਕਿ 80 ਸਾਲਾਂ ਦੀ ਹੈ ਤੇ ਹੁਣ ਵੀ ਉਹਨਾਂ ਦੀ ਸੇਵਾ ਕਰ ਰਹੀ ਹੈ, ਜਦਕਿ ਉਹਨਾਂ ਦੇ ਬੱਚਿਆਂ ਦੀ ਉਮਰ 65 ਸਾਲ ਦੀ ਹੈ। ਉਹਨਾਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਪਾਲਿਆ ਹੈ, ਪੜ੍ਹਾਇਆ ਹੈ ਤੇ ਅੱਜ ਵੀ ਉਹਨਾਂ ਦੀ ਨਿਰੰਤਰ ਸੇਵਾ ਕਰਨ ਦੇ ਲਈ ਉਹ ਮਜਬੂਰ ਹੈ। ਘਰ ਦੇ ਹਾਲਾਤ ਤੇ ਉਹਨਾਂ ਦੇ ਮਨ ਤੇ ਕੀ ਬੀਤਦੀ ਹੈ ਇਸ ਦਾ ਅੰਦਾਜ਼ਾ ਹੀ ਸ਼ਾਇਦ ਕੋਈ ਆਮ ਵਿਅਕਤੀ ਲਗਾ ਸਕਦਾ ਹੈ। ਇਹ ਕੋਈ ਫਿਲਮੀ ਕਹਾਣੀ ਨਹੀਂ ਬਲਕਿ ਅੰਮ੍ਰਿਤਸਰ ਦੇ ਵਿੱਚ ਇੱਕ ਪਰਿਵਾਰ ਦੀ ਜੀਤੀ ਜਾਗਦੀ ਹਕੀਕਤ ਹੈ। ਇਹ 3 ਲੋਕਾਂ ਦਾ ਪਰਿਵਾਰ ਅੰਮ੍ਰਿਤਸਰ ਦੇ ਪਿੰਡ ਜਸਤਵਾਲ ਛੀਨੇ ਦਾ ਰਹਿਣ ਵਾਲਾ ਹੈ, ਜਿੱਥੇ ਇੱਕ ਬਜ਼ੁਰਗ ਔਰਤ ਆਪਣੇ 2 ਅੰਨੇ 65 ਸਾਲ ਦੇ ਬੱਚਿਆਂ ਨੂੰ ਪਾਲ ਰਹੀ ਹੈ। ਇਸ ਮਾਂ ਦਾ ਨਾਂ ਸੁਮਿਤਰੀ ਦੇਵੀ ਹੈ। ਇਸ ਦੀ 4 ਕੁੜੀਆਂ ਅਤੇ 3 ਮੁੰਡੇ ਹੈ। ਪਤੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ, ਪਰ ਇਹ 2 ਮੁੰਡੇ ਅਜਿਹੇ ਨੇ ਜਿਹੜੇ ਕਿ ਕੁਦਰਤ ਦੀ ਮਾਲ ਝੇਲ ਰਹੇ ਨੇ। ਅੱਜ ਤੱਕ ਇਹ ਰੱਬ ਦੇ ਭਾਣੇ ਨੂੰ ਮਾਣ ਕੇ ਜੀਵਨ ਬਤੀਤ ਕਰ ਰਹੇ ਹੈ ਅਤੇ ਜਿਸ ਉਮਰ ਵਿੱਚ ਮਾਂ ਪਿਓ ਦੀ ਸੇਵਾ ਕਰਨੀ ਹੁੰਦੀ ਹੈ ਉਸ ਉਮਰ ਵਿੱਚ ਇਸ ਮਾਂ ਵੱਲੋਂ ਆਪਣੇ ਬੱਚਿਆਂ ਦੀ ਸੇਵਾ ਕੀਤੀ ਜਾ ਰਹੀ ਹੈ। ਦਰਅਸਲ ਅਸ਼ੋਕ ਕੁਮਾਰ ਅਤੇ ਵਿਜੇ ਕੁਮਾਰ ਦੋਵਾਂ ਹੀ ਬਚਪਨ ਤੋਂ ਆਪਣੀ ਅੱਖਾਂ ਦੀ ਰੋਸ਼ਨੀ ਖੋ ਚੁੱਕੇ ਹੈ। ਉਹਨਾਂ ਦੇ ਮੁਤਾਬਿਕ ਜਦ ਉਹ ਪਹਿਲੀ ਦੂਜੀ ਕਲਾਸ ਵਿੱਚ ਸੀਗੇ ਤਾਂ ਉਹਨਾਂ ਨੂੰ ਰਾਤ ਦੇ ਸਮੇਂ ਦੇਖਣ ਵਿੱਚ ਪਰੇਸ਼ਾਨੀ ਆਉਂਦੀ ਸੀ ਅਤੇ ਹੌਲੇ ਹੌਲੇ ਉਹਨਾਂ ਦੀ ਇਹ ਸਮੱਸਿਆ ਹੋਰ ਵੱਧ ਗਈ ਅਤੇ ਫਿਰ ਉਹਨਾਂ ਨੂੰ ਸਿਰਫ ਚਾਨੀ ਰਾਤ ਦੇ ਵਿੱਚ ਅਤੇ ਦਿਨ ਵਿੱਚ ਹੀ ਦਿਖਾਈ ਦਿੰਦਾ ਰਿਹਾ। ਉਸ ਤੋਂ ਬਾਅਦ ਹਾਲਾਤ ਅਜਿਹੇ ਪੈਦਾ ਹੋ ਗਏ ਕਿ ਦਿਨੋ ਦਿਨ ਦਿਖਣਾ ਬੰਦ ਹੋ ਗਿਆ ਅਤੇ ਜਦ ਤੱਕ ਉਹ 4th ਕਲਾਸ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਪੂਰੀ ਤਰੀਕੇ ਦੇ ਨਾਲ ਦਿਖਣਾ ਬੰਦ ਹੋ ਗਿਆ। ਘਰ ਦੇ ਹਾਲਾਤ ਵੀ ਅਜਿਹੇ ਸੀਗੇ ਕਿ ਇਲਾਜ ਨਹੀਂ ਹੋ ਪਾਇਆ, ਜਿਸ ਦੇ ਚਲਦੇ ਮਾਂ ਪਿਓ ਨੇ ਹੀ ਆਪਣੇ ਦੋਵੇਂ ਬੱਚਿਆਂ ਦੀ ਇਸ ਤਰੀਕੇ ਦੇ ਨਾਲ ਪਰਵਰਿਸ਼ ਕਰੀ ਕਿ ਹਰ ਸੂਰਤ ਤੇ ਉਹਨਾਂ ਨੂੰ ਖਾਣਾ ਪੀਣਾ ਬੈੱਡ ਤੇ ਹੀ ਦਿੱਤਾ ਗਿਆ ਅਤੇ ਲੰਬੇ ਸਮੇਂ ਤੋਂ ਮਾਂ ਪਿਓ ਇਹ ਕੰਮ ਕਰਦੇ ਰਹੇ, ਪਰ ਪਿਤਾ ਦੀ ਮੌਤ ਤੋਂ ਬਾਅਦ ਇਹ ਬੋਝ ਮਾਂ ਦੇ ਕੰਧਿਆਂ ਉੱਤੇ ਆ ਗਿਆ ਅਤੇ ਅੱਜ ਮਾਂ ਦੀ ਉਮਰ 80 ਸਾਲ ਹੋ ਚੁੱਕੀ ਹੈ ਅਤੇ ਜਿਸਦੇ ਦੋਵੇਂ ਹੀ ਬੇਟੇ ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 65 ਸਾਲ ਹੈ ਅਤੇ ਦੂਜੇ ਦੀ 63 ਸਾਲ ਹੋਣ ਤੇ ਵੀ ਮਾਂ ਨੂੰ ਉਹਨਾਂ ਨੂੰ ਪਾਲਣਾ ਪੈ ਰਿਹਾ ਹੈ। ਘਰ ਦੇ ਹਾਲਾਤ ਵੀ ਅਜਿਹੇ ਨੇ ਕਿ ਹੁਣ ਕੋਈ ਕਮਾਈ ਕਰਨ ਵਾਲਾ ਨਹੀਂ ਹੈ। ਹਰ ਮਹੀਨੇ ਜੋ ਵੀ ਬਾਕੀ ਬੱਚੇ ਹੈ ਉਹ ਇਹਨਾਂ ਦੀ ਮਦਦ ਕਰਦੇ ਹੈ ਅਤੇ ਆਸ ਪੜੋਸ ਦੇ ਲੋਕ ਵੀ ਇਹਨਾਂ ਦੇ ਬੁਰੇ ਦਿਨਾਂ ਦੇ ਵਿੱਚ ਇਹਨਾਂ ਦੇ ਨਾਲ ਖੜੇ ਹੁੰਦੇ ਹੈ। ਸੁਮਿਤਰੀ ਦੇ ਮੁਤਾਬਿਕ ਉਹਨਾਂ ਦੇ ਲਈ ਜੀਵਨ ਦਾ ਇਹ ਸਫ਼ਰ ਕੋਈ ਆਸਾਨ ਨਹੀਂ ਰਿਹਾ। ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਪਾਲ ਰਹੀ ਹੈ, ਜਦ ਉਹਨਾਂ ਦੀ ਉਮਰ ਹੋ ਚੁੱਕੀ ਹੈ ਉਹਨਾਂ ਵਿੱਚ ਵੀ ਉਹਨਾਂ ਦੀ ਸੇਵਾ ਕਰਨਾ ਉਹਨਾਂ ਦੇ ਲਈ ਮੁਸ਼ਕਿਲ ਹੋ ਰਿਹਾ ਹੈ, ਲੇਕਿਨ ਉਹਨਾਂ ਦੇ ਬੱਚੇ ਇਸ ਕਰਕੇ ਉਹਨਾਂ ਨੂੰ ਇਹ ਸਭ ਕਰਨਾ ਪਏਗਾ ਅਤੇ ਨਿਰੰਤਰ ਰੱਬ ਦੀ ਮਰਜ਼ੀ ਮੰਨ ਕੇ ਉਹਨਾਂ ਦੀ ਸੇਵਾ ਕਰ ਰਹੀ ਹੈ। ਉੱਥੇ ਦੋਨੋਂ ਹੀ ਮੁੰਡਿਆਂ ਦੇ ਮੁਤਾਬਿਕ ਹੁਣ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅਜਿਹੇ ਹਾਲਾਤ ਪੈਦਾ ਹੋ ਚੁੱਕੇ ਨੇ ਕਿ ਉਹਨਾਂ ਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਉਹ ਅੰਨੇ ਨੇ। ਘਰ 'ਤੇ ਹੀ ਰਹਿੰਦੇ, ਜਿੱਥੇ ਉਹਨਾਂ ਦੀ ਮਾਂ ਉਹਨਾਂ ਦੀ ਸੇਵਾ ਕਰਦੀ ਹੈ, ਉਹਨਾਂ ਨੂੰ ਬਿਸਤਰ ਲਗਾ ਕੇ ਦਿੰਦੀ ਹੈ, ਉਹਨਾਂ ਨੂੰ ਖਾਣਾ ਦਿੰਦੀ ਹੈ, ਉੱਥੇ ਹੀ ਉਹ ਸੌ ਜਾਂਦੇ ਹੈ, ਘਰ ਤੋਂ ਬਾਹਰ ਜ਼ਿਆਦਾ ਦੂਰ ਨਹੀਂ ਜਾਂਦੇ। ਪਰ ਸ਼ੁਰੂ ਤੋਂ ਹੀ ਨਾ ਦੇਖਣ ਕਰਕੇ ਆਸ ਪਾਸ ਦੇ ਲੋਕਾਂ ਨੂੰ ਵੀ ਪਤਾ ਹੈ ਕਿ ਇਹ ਦੋਨੋਂ ਭਰਾ ਦੇਖ ਨਹੀਂ ਸਕਦੇ। ਜਦ ਇਹ ਦੋਨੋਂ ਬਾਹਰ ਲਾਠੀ ਦੇ ਸਹਾਰੇ ਚੱਲਦੇ ਹੈ ਤਾਂ ਲੋਕ ਖੁਦ ਹੀ ਇਹਨਾਂ ਨੂੰ ਰਾਸਤਾ ਦਿੰਦੇ ਹੈ ਅਤੇ ਇਹਨਾਂ ਨੂੰ ਸੜਕ ਪਾਰ ਕਰਨ ਦੇ ਵਿੱਚ ਇਹਨਾਂ ਦੀ ਮਦਦ ਕਰਦੇ ਹੈ। ਉਹਨਾਂ ਨੇ ਕਿਹਾ ਕਿ ਇਸ ਵਿੱਚ ਉਹਨਾਂ ਦਾ ਕੋਈ ਜ਼ੋਰ ਨਹੀਂ ਹੈ, ਸਰਕਾਰ ਨੇ ਵੀ ਅੱਜ ਤੱਕ ਕੋਈ ਸਹੂਲਤ ਨਹੀਂ ਦਿੱਤੀ ਕਿ ਉਹ ਕੋਈ ਕੰਮ ਕਰ ਸਕਣ, ਬਲਕਿ ਉਹ ਕਿਸੇ ਦੀ ਮਦਦ ਦੇ ਉੱਤੇ ਹੀ ਨਿਰਭਰ ਹੈ। ਉਹਨਾਂ ਨੇ ਕਿਹਾ ਕਿ ਹੁਣ ਸਾਨੂੰ ਅਜਿਹੀ ਜ਼ਿੰਦਗੀ ਬਤੀਤ ਕਰਨੀ ਪਏਗੀ। ਮਾਤਾ ਜੀ, ਤੁਹਾਡੇ ਜੋ ਬੇਟੇ ਨੇ ਜੋ ਅੱਖਾਂ ਤੋਂ ਨਹੀਂ ਦਿੱਤਾ, ਉਹਨਾਂ ਦਾ ਕੀ ਨਾਮ ਹੈ? ਉਹਨਾਂ ਦਾ ਅਸ਼ੋਕ ਕੁਮਾਰ, ਇੱਕ ਨਾਮ ਵਿਜੇ ਕੁਮਾਰ। ਕੀ ਹੋਇਆ ਸੀ ਇਹਨਾਂ ਨਾਲ ਜੋ ਇਹਨਾਂ ਨਹੀਂ ਦਿਖਾਇਆ? ਪਤਾ ਨਹੀਂ, ਰੱਬ ਵੱਲੋਂ ਕੁਛ ਹੋ ਗਿਆ, ਉਹਨਾਂ ਹੁੰਦਾ ਹੋ ਗਿਆ। ਕੀ ਮਤਲਬ? ਇਲਾਜ ਲੂਜ ਕਰਦੇ ਰਹੇ, ਨਹੀਂ ਆਰਾਮ ਆਇਆ। ਕੀ ਜਦੋਂ ਜੰਮੇ ਸੀ ਉਦੋਂ ਹੀ ਨਹੀਂ ਦਿਖਦਾ ਸੀ? ਕੀ ਮਤਲਬ ਬਾਅਦ ਵਿੱਚ ਨਹੀਂ ਦਿਖਣਾ ਸ਼ੁਰੂ ਹੋਇਆ? ਬਾਅਦ 'ਚ ਦਿਸਣ ਉੱਠਿਆ, ਪਹਿਲਾਂ ਦਿਖਦਾ ਸੀ। ਅੱਛਾ, ਜਦੋਂ ਸਕੂਲ ਜਾਂਦੇ ਸੀ ਉਦੋਂ ਦਿਖਦਾ ਸੀ? ਕਿੰਨਵੀਂ 'ਚ ਇਹਨਾਂ ਜਾ ਕੇ ਰੋਸ਼ਨੀ ਗਈ? ਪਹਿਲੇ ਦੂਸਰੀ 'ਚ ਸੀ, ਅਤੇ ਨਿਆਣੇ ਸੀ। ਦੋਵਾਂ ਦੀ ਉਦੋਂ ਚਲੀ ਗਈ ਸੀ ਰੋਸ਼ਨੀ? ਕਿ ਉਹ ਦੋਵਾਂ ਦੀ ਇੱਕੋ ਵਾਰੀ ਗਈ? ਦੋਵਾਂ ਦੀ ਇੱਕੋ ਵਾਰੀ ਗਈ ਸੀ। ਕਿੰਨੇ ਬੱਚੇ ਸੀ ਤੁਹਾਡੇ ਸਾਰੇ? ਸਾਰੇ ਮੈਂ 4 ਕੁੜੀਆਂ ਅਤੇ 3 ਮੁੰਡੇ। ਕੀ ਆਉਂਦੇ ਨੇ ਹਾਲ ਚਾਲ? ਆਉਂਦੇ ਆ, ਪੁੱਛਦੇ ਆ। ਜਿੱਦਾਂ ਤੁਹਾਡੇ ਘਰ ਦੇ ਹਾਲਾਤ ਦੇਖੇ ਗਏ ਨੇ, ਕਿਵੇਂ ਕੀ ਕਹਿਣਾ ਚਾਹੁੰਦੇ ਹੋ? ਉਹ ਫਿਰ ਇਸ ਤਰ੍ਹਾਂ ਹੀ ਆਸਰਾ ਉਸਰਾ ਦਿੰਦੇ ਰਹਿੰਦੇ ਤੇ ਫਿਰ ਇਸ ਤਰ੍ਹਾਂ ਇਹਨਾਂ ਲੰਘ ਜਾਂਦਾ ਗੁਜ਼ਾਰਾ। ਕਿਸ ਤਰ੍ਹਾਂ ਇਹਨਾਂ ਦੀ ਦੇਖਭਾਲ ਕਰਦੇ ਹੋ ਤੁਸੀਂ? ਇਸੇ ਤਰ੍ਹਾਂ ਹੀ ਆ, ਬਿਸਤਰੇ ਵਿਛਾ ਦਿੰਦੀ, ਬਹਿ ਜਾਂਦੇ, ਮੰਜੇ ਵਿਛਾ ਦੇ, ਡਾਹ ਦਿੰਦੇ, ਤਦ ਬਹਿੰਦੇ। ਹੁਣ ਵੇਖੋ, ਬਾਹੋਂ ਫੜ ਫੜ ਕੇ ਬੋਲਦਾ ਹੈ, ਵਾਹ ਕੇ ਰੋਟੀ ਪਾਣੀ ਇਹਨਾਂ ਨੂੰ ਦਿੰਦੀ ਹਾਂ। ਕੋਈ ਕਿਸੇ ਮੀਨ ਕੋਈ ਬੰਦਾ ਆਇਆ ਤੁਹਾਡੀ, ਕਿਸੇ ਨੇ ਹੈਲਪ ਕੀਤੀ ਹੋਵੇ ਜਾਂ ਸਹਾਇਤਾ ਕੀਤੀ ਹੋਵੇ? ਉਹ ਕਰਦੇ, ਜਿੰਨੀ ਜੋਗੇ ਉਹ ਕਰਦੇ ਆ। ਪਿੰਡ ਵਾਲਿਆਂ ਕਿੰਨਾ ਕੁ ਸਾਥ ਹੈ ਤੁਹਾਡੇ ਨਾਲ? ਪਿੰਡ ਵਾਲਿਆਂ ਦਾ ਕਿੰਨਾ ਕੁ ਸਾਥ ਹੈ? ਦਿੰਦੇ ਇਸੇ ਤਰ੍ਹਾਂ ਦਾਣਾ ਪੱਕਾ, ਦਿੱਤੇ ਸਰਕਾਰ ਹੀ ਅਸਕਰ ਸਾਰੇ ਦਿੰਦੇ ਆ, ਅਤੇ ਦਾਣਾ ਪੱਕਾ ਨਾ ਹੋਵੇ ਤਾਂ ਖਾਣਾ ਕਿੱਥੋਂ, ਅਤੇ ਹੁੰਦਾ ਤਾਂ ਚਲੋ ਖਾਂਦੇ ਆ। ਕੋਈ ਸਰਕਾਰੀ ਮੁਲਾਜ਼ਮ ਆਇਆ ਜਿਹਨੇ ਤੁਹਾਡੀ ਸੁਣ ਕੀਤੀ ਹੋਵੇ? ਹੁਣ ਆਏ ਤਾਂ ਬਥੇਰੇ ਸੀ, ਮੈਨੂੰ ਨਹੀਂ ਪਤਾ। ਸਰਕਾਰ ਵਾਲਿਆਂ ਨੇ ਸਾਨੂੰ? ਹਾਂ, ਇਹਨਾਂ ਨੂੰ ਪਤਾ, ਮੈਨੂੰ ਨਹੀਂ ਪਤਾ।
हाँ जी की नाम जी? विजय कुमार जी। किन्नी उम्र जी? 65 साल जी। विजय कुमार जी तुहाडी अखां दी रोशनी कदों दी गई है ते की कहना चाहुंदे हो? पहले चंगे भले हाँ मुड़ के घरदे घरदे हौली हौली जगदा गया कहिंदे चंगे भले हाँ मुड़ के घरदे घरदे घट गई। किन्ना टाइम सही सी रोशनी तुहाडी अखां दी? हुण तो मेरी तो कोई नहीं हैगी। छुट्टिया पर विजय कुमार जी असीं देखे तुहाडे घर दे हालात बहुत ही मतलब हालात की कहना चाहुंदे हो जी? इहो गल नहीं है कि चलो सारा कोई दवाई कट्टा आया करे जां राशन पानी मिल जा करे और बस इहो ही होर ही की कर सकदे ने। काहे जोगे भी नहीं है काम ही नहीं है कोई भी करना ते सिर्फ बैठे रहना। हाँ जी की नाम जी? अशोक कुमार जी। अशोक कुमार जी तुहाडी अखां दी रोशनी कदों दी गई है कियां गई है? बचपन च तीजी च पढ़दा हां मैं। ਹਾਂਜੀ ਸਕੂਲੇ ਤਾਂ ਪਹਿਲਾਂ ਛਾਵੇਂ ਨਹੀਂ ਦਿਸਦਾ, ਫਿਰ ਦਿਸਣ ਹਟ ਗਿਆ ਛਾਵੇਂ ਦਰਖਤਾਂ ਦੀ, ਰਾਤ ਨਹੀਂ ਦਿਸਦਾ ਚਾਨੀ ਰਾਹ 'ਚ ਦਿਸਦਾ, ਉਹ ਹੌਲੀ ਹੌਲੀ ਹਟਦਾ ਹਟਦਾ ਫਿਰ ਉਹ ਚਾਨੀ ਰਾਹ 'ਚ ਵੀ ਹਟ ਗਿਆ ਦਿਸਣੋਂ, ਅਤੇ ਫਿਰ ਮੈਨੂੰ ਦਿਨੇ ਵੀ ਦਿਸਣੋਂ ਹਟ ਗਿਆ, ਦਿਨ ਰਾਤ ਹੁਣ ਇੱਕ ਹੋ ਗਈ ਸਾਰੀ। ਹੁਣ ਦਿਸਦਾ ਨਹੀਂ ਗਾ ਵੀ ਉਦੋਂ ਦੇ ਅਸੀਂ ਤੀਜੀ 'ਚ ਪੜ੍ਹਦਾ, ਚੌਥੀ 'ਚ ਮੈਂ ਪਿਆ ਤਾਂ ਮੇਰੇ ਕੋਲ ਨਹੀਂ ਲਿਖਤ ਪੜ੍ਹਤ ਨਸੀਂ ਹੁੰਦੀ, ਮੈਂ ਫਿਰ ਹਟ ਗਿਆ ਸਕੂਲੋਂ, ਮੈਨੂੰ ਦਿਸਦਾ ਨਹੀਂ ਅੱਗੋਂ ਕੁਛ ਕੀ ਲਿਖਣਾ ਕੀ ਕਰਨਾ, ਅਤੇ ਮੈਂ ਫਿਰ ਹਟ ਗਿਆ। ਅਤੇ ਬੜੇ ਇਲਾਜ ਬੜੇ ਕਰਾਏ ਜੀ, ਨਰਾਤੇ ਦਾ ਇਲਾਜ ਅਸੀਂ ਪਹਿਲਾਂ ਤੋਂ ਕਰਾਉਂਦੇ ਰਹੇ, ਲੋਕ ਕਹਿਣ ਨਰਾਤਾ ਕੋਈ ਕਹੇ ਜਮਾਂਦਰੂ ਆ, ਤੋ ਨਰਾਤੇ ਤਾਂ ਕਰਦਿਆਂ ਤਾਂ ਵਿਧਾਨ ਹੋਰ ਹੀ ਸੀਗਾ ਰੋਗ ਲੱਗਾ, ਅਤੇ ਇਹਦਾ ਕੋਈ ਅਸੀਂ ਪਤਾ ਸੋ ਨਾ ਕੀਤਾ, ਨਾ ਕਮਾਈ ਹੁੰਦੀ ਸੀ ਨਾ ਕੁਛ, ਨਾ ਪਿਓ ਸਾਡਾ ਕਮਾਈ ਉਹੀ ਕਰਦਾ ਸੀ, ਵਿਹਲੀ ਸੀਗਾ, ਅਤੇ ਇਲਾਜ ਨਹੀਂ ਹੋਇਆ। ਹੁਣ ਜੇ ਆ ਕੇ ਤਾਂ ਮਸ਼ੀਨ 'ਚ ਚੈੱਕ ਕਰਾਈਆਂ ਅੱਖਾਂ, ਅਤੇ ਚਿੱਟਾ ਮੋਤੀਆ ਦੋ ਅੱਖਾਂ 'ਚ ਮੇਰੇ ਨਿਕਲਿਆ, ਦੋ ਅੱਖਾਂ 'ਚ ਨਾਲ ਦੇ ਨਿਕਲਿਆ, ਪੁਰਾਣਾ ਹੋ ਗਿਆ, ਅਤੇ ਪੁਰਾਣੇ ਦਾ ਕੋਈ ਇਲਾਜ ਹੈਗਾ ਨਹੀਂ ਗਾ ਵੀ, ਅਤੇ ਇਹ ਕਰਕੇ ਅਸੀਂ ਬਹੁਤ ਔਖੇ ਹਾਂ, ਡੰਡੇ ਦੇ ਨਾਲ ਆਸਰੇ ਨਾਲ ਸੂਹ ਨਾਲ ਇੱਥੇ ਤੁਰ ਫਿਰ ਰਹੀਦਾ ਇੰਨੇ ਕੁ ਥਾਂ 'ਚ ਘਰੇ ਹੀ, ਅਤੇ ਜਾਂ ਉੱਥੇ ਬਾਜ਼ਾਰ 'ਚ ਖੜੀ ਚੱਲ ਜਾਈਦਾ, ਅਤੇ ਮੋਟਰਸਾਈਕਲਾਂ ਦੇ ਸਾਰੇ ਭੇਤੀ ਸਾਨੂੰ ਵੇਖ ਕੇ ਪਾਸੇ ਕਰ ਲੈਂਦੇ ਨੇ, ਅਤੇ ਅਸੀਂ ਫਿਰ ਲੰਘ ਜਾਂਦੇ ਹਾਂ, ਨਹੀਂ ਤਾਂ ਕਿਤੇ ਆ ਜਾ ਨਹੀਂ ਅਸੀਂ ਸਕਦੇ ਵੀ, ਜਾਂ ਜਨਾਲੇ ਜਾਂ ਕਿਤੇ ਨਾ